ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਮਨਦੀਪ ਫਰੋਮ ਬਿਲਡਿੰਗ ਨਰਸਿੰਗ ਕਰੀਅਰ। ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਐਜ਼ ਯੂ ਗਾਈਜ਼ ਨੋ ਦੈਟ ਕਿ ਅਸੀਂ ਇੰਟਰਨੈਸ਼ਨਲ ਐਜੂਕੇਟਡ ਨਰਸਿਸ ਨੂੰ ਪ੍ਰੋਵਾਈਡ ਕਰਦੇ ਹਾਂ ਕਲਾਸਿਸ ਅਤੇ ਪਲੱਸ ਹੈਲਪ ਕਰਦੇ ਹਾਂ ਅਸੈਸਮੈਂਟ ਜਾਂ ਐਲੀਜੀਬਿਲਿਟੀ ਪ੍ਰੋਸੈਸ ਦੇ ਵਿੱਚ। ਐਂਡ ਅਸੀਂ ਬੱਚਿਆਂ ਦੀਆਂ ਸਾਰੀਆਂ ਹੀ ਨੀਡਸ ਨੂੰ ਕੇਟਰ ਕਰਦੇ ਹਾਂ, ਚਾਹੇ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਅਸੈਸਮੈਂਟ ਕਰਵਾਉਣੀ ਹੋਏ, ਆਈਕੈਸ, ਰੈਸ, ਕੋਈ ਵੀ ਇਮੀਗ੍ਰੇਸ਼ਨ ਪਰਪਸ ਲਈ ਨਰਸਿੰਗ ਦੀ ਇਵੈਲੂਏਸ਼ਨ ਕਰਵਾਉਣੀ ਹੈ। ਸੋ ਵੀ ਡੂ ਹੈਲਪਿੰਗ ਈਚ ਐਂਡ ਐਵਰੀ ਅਸੈਸਮੈਂਟ। ਐਂਡ ਅਸੀਂ ਹਰ ਬੱਚੇ ਦੇ ਨਾਲ ਡਿਸਕਸ ਕਰਦੇ ਹਾਂ ਅਤੇ ਉਸ ਅਕੋਰਡਿੰਗ ਉਹਨਾਂ ਨੂੰ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ। ਇਹ ਨਹੀਂ ਹੈਗਾ ਕਿ ਜੋ ਪ੍ਰੋਟੋਕੋਲ ਪਾਥਵੇ ਪੁਰਾਣੇ ਚੱਲੇ ਆ ਰਹੇ ਨੇ ਬਸ ਉਹੀ ਚੀਜ਼ਾਂ ਨੂੰ ਕੰਟੀਨਿਊ ਨਹੀਂ ਕਰਦੇ। ਜੋ ਨਿਊ ਪ੍ਰੋਸੈਸ ਆਉਂਦੇ ਨੇ ਐਂਡ ਬੱਚੇ ਦੇ ਫੇਵਰ 'ਚ ਹੋਣ, ਉਹਨਾਂ ਦੇ ਮਨੀ ਸੇਵਿੰਗ, ਟਾਈਮ ਸੇਵਿੰਗ ਆਪਸ਼ਨਸ ਜਿਹੜੀਆਂ ਨੇ ਉੱਦਾਂ ਹੀ ਬੱਚਿਆਂ ਨੂੰ ਪ੍ਰੋਵਾਈਡ ਕਰਦਾ, ਰੈਦਰ ਦੈਨ ਲੁਕਿੰਗ ਇਨ ਟੂ ਅਵਰ ਓਨ ਬੈਨੀਫਿਟ। ਸੋ ਆਪਣੇ ਆਪਣੇ ਬੈਨੀਫਿਟਸ ਨੂੰ ਪਿੱਛੇ ਰੱਖ ਕੇ ਬੱਚਿਆਂ ਦੇ ਬੈਨੀਫਿਟ ਨੂੰ ਅਸੀਂ ਹਮੇਸ਼ਾ ਅੱਗੇ ਰੱਖਦੇ ਹਾਂ। ਇਸੇ ਜਰਨੀ ਦੇ ਵਿੱਚ ਅਮਨਦੀਪ ਕੌਰ, ਸ਼ੀ ਇਜ਼ ਮਾਈ ਐਕਸ ਸਟੂਡੈਂਟ, ਕਿਉਂਕਿ ਮੈਂ ਉਹਨਾਂ ਨੂੰ SGL ਨਰਸਿੰਗ ਕਾਲਜ ਪਹਿਲਾਂ ਵੀ ਟੀਚ ਕੀਤਾ ਹੋਇਆ ਆ। ਐਂਡ ਇਹ ਬਹੁਤ ਪ੍ਰਾਊਡ ਫੀਲਿੰਗ ਹੁੰਦੀ ਆ ਕਿ ਜਦੋਂ ਤੁਹਾਡੇ ਪੁਰਾਣੇ ਸਟੂਡੈਂਟਸ ਤੁਹਾਨੂੰ ਫੇਰ ਐਡਮਾਇਰ ਕਰਨ, ਫੋਲੋ ਕਰਨ, ਕਿਉਂਕਿ ਦੇ ਫੀਲ ਲਾਈਕ ਕਿ ਤੁਹਾਡੇ ਟੀਚਰ ਕੋਲ ਕੈਪੈਸਿਟੀ ਹੈਗੀ ਹੈ, ਕੈਪੇਬਿਲਿਟੀ ਹੈਗੀ ਹੈ ਕਿ ਜਿਨ੍ਹਾਂ ਕੋਲ ਤੁਹਾਨੂੰ ਦੁਬਾਰਾ ਪੜ੍ਹਨਾ ਚਾਹੀਦਾ, ਜਾਣਾ ਚਾਹੀਦਾ ਆ। ਸ਼ੀ ਵਾਜ਼ ਗ੍ਰੈਜੂਏਟਡ ਇਨ 2010 ਐਂਡ 13 ਈਅਰਸ ਦਾ ਗੈਪ ਐਂਡ GNM ਸਟੂਡੈਂਟ। ਮੋਸਟਲੀ ਬੱਚਿਆਂ ਨੂੰ ਇਹ ਕਨਫਲਿਕਟ ਆ, ਡਾਊਟ ਆ ਕਿ ਸ਼ਾਇਦ GNM ਸਟੂਡੈਂਟਸ ਐਂਟਲੈਕਸ ਨਹੀਂ ਕਰ ਸਕਦੇ। ਡੈਫੀਨੇਟਲੀ GNM ਸਟੂਡੈਂਟਸ ਨੂੰ ਵੀ ਐਲੀਜੀਬਿਲਟੀਜ਼ ਮਿਲਦੀਆਂ ਨੇ ਐਂਡ ਤੁਸੀਂ ਵੀ ਫਸਟ ਅਟੈਂਪਟ 'ਚ ਐਗਜ਼ਾਮ ਪਾਸ ਕਰ ਸਕਦੇ ਹੋ। ਡਿਪੈਂਡ ਕਰਦਾ ਤੁਹਾਡੇ ਟੀਚਰ 'ਤੇ ਅਤੇ ਤੁਹਾਡੀ ਪ੍ਰੈਪਰੇਸ਼ਨ 'ਤੇ। ਸੋ ਸਾਡੀਆਂ ਕਲਾਸਿਸ 4 ਮੰਥ ਦੀਆਂ ਕਲਾਸਿਸ ਨੇ ਅਤੇ ਇਨਫ ਪ੍ਰਿਪੇਅਰ ਕੀਤਾ ਜਾਂਦਾ ਬੱਚਿਆਂ ਨੂੰ ਕਿ 4 ਮੰਥਸ ਬਾਅਦ ਤੁਸੀਂ ਆਰਾਮ ਨਾਲ ਐਗਜ਼ਾਮ ਲਿਖ ਸਕਦੇ ਹੋ। ਤੁਹਾਨੂੰ ਹੋਰ ਐਕਸਟਰਾ 2-3-4 ਮਹੀਨੇ ਆਪਣੇ ਸਪੈਂਡ ਨਹੀਂ ਕਰਨੇ ਪੈਂਦੇ ਜੇ ਤੁਸੀਂ ਨਾਲ ਦੀ ਨਾਲ ਪੜ੍ਹੋ, ਫੋਲੋ ਕਰੋ। ਐਂਡ ਇਹ ਸਾਡੇ ਸਟੂਡੈਂਟ ਨੇ ਵੀ 4 ਮੰਥ ਦੀਆਂ ਕਲਾਸਿਸ ਤੋਂ ਬਾਅਦ, ਰਾਈਟ ਆਫਟਰ 3-4 ਵੀਕਸ ਤੋਂ ਬਾਅਦ ਇਹਨਾਂ ਨੇ ਐਗਜ਼ਾਮ ਲਿਖਿਆ ਆ ਅਤੇ ਫਸਟ ਅਟੈਂਪਟ 'ਚ ਵਿਦ 85 ਕੁਐਸਚਨ ਐਗਜ਼ਾਮ ਪਾਸ ਕੀਤਾ ਆ। ਨਾ ਆਈ ਵਿਲ ਇਨਵਾਈਟ ਅਮਨਦੀਪ ਕੌਰ ਤਾਂ ਕਿ ਉਹ ਵੀ ਆਪਣੇ ਜਿਹੜੇ ਵਿਊਜ਼ ਨੇ ਸ਼ੇਅਰ ਕਰ ਸਕਣ ਅਤੇ ਤੁਸੀਂ ਉਹਨਾਂ ਨੂੰ ਲਿਸਨ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਇਫ ਯੂ ਫੀਲ ਲਾਈਕ ਕਿ ਤੁਹਾਨੂੰ ਕਿੱਦਾਂ ਦਾ ਟੀਚਰ ਜਾਂ ਕਿੱਦਾਂ ਦੀਆਂ ਸਰਵਿਸਿਜ਼ ਲਈ ਲੁੱਕ ਕਰਨਾ ਚਾਹੀਦਾ ਆ। ਹਾਂਜੀ ਅਮਨਦੀਪ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੇ ਵੀ ਇਹ ਵੀਡੀਓ ਵਾਚ ਕਰਦੇ ਪਏ ਆ। ਮੇਰਾ ਨਾਂ ਅਮਨਦੀਪ ਕੌਰ ਆ, ਮੈਂ GNM 2010 ਵਿੱਚ SGL ਨਰਸਿੰਗ ਕਾਲਜ ਤੋਂ ਕੀਤੀ ਸੀਗੀ। ਮੇਰਾ 13 ਈਅਰ ਦਾ ਗੈਪ ਆ। ਮੈਂ ਬਿਲਕੁਲ ਹੋਪ ਛੱਡੀ ਹੋਈ ਸੀ ਕਿ ਮੈਂ ਇਨ ਕੈਨੇਡਾ ਕੁਛ ਮੇਰਾ ਪ੍ਰੋਸੈਸ ਅੱਗੇ ਹੋ ਸਕਦਾ ਵਾ, ਬਟ ਬਾਅਦ ਵਿੱਚ ਜਦੋਂ ਮੈਂ ਮੈਮ ਨਾਲ ਕੰਟੈਕਟ ਕੀਤਾ, ਇੱਕ ਜਿਹੜੀ ਤੁਹਾਨੂੰ ਮੋਰਲ ਸਪੋਰਟ ਹੁੰਦੀ ਨਾ, ਉਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ, ਜਿਹੜੀ ਮੈਨੂੰ ਮੈਮ ਨੇ ਦਿੱਤੀ। ਮੈਮ ਦੀ ਗਾਈਡੈਂਸ ਨਾਲ ਮੈਂ ਸਾਰਾ ਪ੍ਰੋਸੈਸ ਆਪਣਾ, ਜੋ ਵੀ ਅਵੈਲੂਏਸ਼ਨ ਵਗੈਰਾ ਕਰਵਾਉਣੀ ਸੀ, ਸਭ ਕੁਛ ਮੈਮ ਦੀ ਹੈਲਪ ਨਾਲ ਮੈਂ ਆਪਣਾ ਕਰਵਾਇਆ। ਮੈਮ ਤੋਂ ਮੈਂ 4 ਮੰਥ ਦੀਆਂ ਕਲਾਸਿਸ ਲਈਆਂ, ਮਤਲਬ ਕਿ ਮੈਮ ਦੀ ਹੈਲਪ ਤੋਂ ਬਿਨਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਕੁਛ ਕਰ ਸਕਦੀ ਸੀ, ਇੰਪੋਸੀਬਲ ਸੀ ਮੇਰੇ ਵਾਸਤੇ। ਬਟ ਮੈਮ ਨੇ ਮੈਨੂੰ ਨਾਲ ਦੀ ਨਾਲ ਸਾਰੀ ਗਾਈਡੈਂਸ ਦਿੱਤੀ, ਸਟੱਡੀ ਵਿੱਚ ਹੈਲਪ ਕੀਤੀ, ਜੋ ਵੀ ਮੇਰੇ ਡਾਊਟਸ ਸੀ ਸਾਰੇ ਨਾਲ ਦੀ ਨਾਲ ਕਲੀਅਰ ਕੀਤੇ। ਅਤੇ ਮੈਂ 4 ਮੰਥ ਦੀਆਂ ਕਲਾਸਿਸ ਤੋਂ ਬਾਅਦ 3-4 ਵੀਕਸ ਦੀ ਮੈਂ ਆਪਣੀ ਸੈਲਫ ਪ੍ਰੈਪਰੇਸ਼ਨ ਕਰਕੇ ਐਗਜ਼ਾਮ ਦੇ ਦਿੱਤਾ। ਅਤੇ ਮੈਂ 85 ਕੁਐਸਚਨਸ 'ਤੇ, ਮਤਲਬ ਮੈਨੂੰ, ਮੈਂ ਪੂਰੀ ਕੌਨਫੀਡੈਂਟ ਸੀ ਜਦੋਂ ਐਗਜ਼ਾਮ ਦੇਣ ਜਾਣਾ ਸੀ ਕਿ ਜਿੱਦਾਂ ਜਿੱਦਾਂ ਮੈਮ ਨੇ ਕਿਹਾ ਸੀ ਮੈਂ ਉਸੇ ਤਰ੍ਹਾਂ ਪ੍ਰੈਪਰੇਸ਼ਨ ਕੀਤੀ ਸੀ ਅਤੇ ਮੇਰਾ ਐਗਜ਼ਾਮ ਕਲੀਅਰ ਹੋ ਗਿਆ। ਮੈਂ ਬਹੁਤ ਥੈਂਕ ਯੂ ਕਰਦੀ ਮੈਮ ਦਾ ਕਿ ਉਹਨਾਂ ਨੇ ਮੈਨੂੰ ਇੰਨਾ ਗਾਈਡ ਕੀਤਾ ਇਸ ਚੀਜ਼ ਵਿੱਚ। ਥੈਂਕ ਯੂ ਅਮਨ। ਅਮਨ, ਇੱਕ ਬਹੁਤ ਜ਼ਿਆਦਾ ਬੱਚਿਆਂ ਨੂੰ ਡਾਊਟ ਹੁੰਦਾ ਕਿ ਰਿਸੋਰਸਿਸ, ਮੋਸਟਲੀ ਮੈਨੂੰ ਬੱਚੇ ਕਾਲ ਕਰਦੇ ਆ ਅਤੇ ਕਹਿੰਦੇ ਆ ਕਿ ਸਾਨੂੰ ਕਿਹੜੇ ਰਿਸੋਰਸਿਸ ਫੋਲੋ ਕਰਨੇ ਚਾਹੀਦੇ ਆ। ਸੋ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਰਿਸੋਰਸਿਸ, ਮੈਨੂੰ ਤਾਂ ਇਹ ਲੱਗਦਾ ਕਿ ਜੇ ਤੁਸੀਂ ਆਪਣੀਆਂ ਕਲਾਸਿਸ ਬਹੁਤ ਧਿਆਨ ਨਾਲ ਲਾਉਂਦੇ ਆ, ਆਪਣੇ ਟੀਚਰ ਨੂੰ ਬਹੁਤ ਕੇਅਰਫੁਲੀ ਲਿਸਨ ਕਰਦੇ ਆ ਨਾ, ਤੁਹਾਨੂੰ ਕੋਈ ਵੀ ਐਕਸਟਰਾ ਸੋਰਸਿਸ ਬਾਏ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ। ਤੁਸੀਂ ਆਪਣੀਆਂ ਕਲਾਸਿਸ ਲਾਓ, ਜੋ ਤੁਹਾਨੂੰ ਤੁਹਾਡੇ ਟੀਚਰ ਤੁਹਾਨੂੰ ਦੱਸਦੇ ਆ, ਤੁਸੀਂ ਉਸ ਤਰੀਕੇ ਨਾਲ ਜਿੱਦਾਂ ਮੈਨੂੰ ਮੈਮ ਨੇ ਕਿਹਾ, ਮੈਂ ਉਸੇ ਤਰੀਕੇ ਨਾਲ ਹੀ ਤਿਆਰੀ ਕੀਤੀ ਸਾਰੀ, ਮਤਲਬ ਜਿੱਦਾਂ ਵੀ ਮੈਨੂੰ ਕਰਨ ਵਾਸਤੇ ਕਿਹਾ। ਤਾਂ ਮੈਂ ਵਾਂਗੂ ਆਰਕਰ ਯੂ ਵਰਲਡ ਐਂਡ ਦਿਸ ਐਂਡ ਦੈਟ ਕਿਤੇ ਵੰਡਰ ਕੀਤਾ ਜਾਂ ਬਾਏ ਕੀਤਾ ਜਾਂ ਨਹੀਂ ਕੀਤਾ? ਨਹੀਂ, ਕੁਛ ਨਹੀਂ ਬਾਏ ਕੀਤਾ। ਮੈਂ ਸਿਰਫ ਮੈਂ ਸੌਂਡਰਸ ਦੀ ਬੁੱਕ ਪੜ੍ਹੀ ਅਤੇ ਜੋ ਮੈਮ ਨੇ ਮੈਨੂੰ ਦੱਸਿਆ ਸੀ ਕੀ ਇੰਪੋਰਟੈਂਟ ਆ, ਕੀ ਜ਼ਿਆਦਾ, ਕਿੱਥੇ ਫੋਕਸ ਜ਼ਿਆਦਾ ਕਰਨਾ ਜ਼ਰੂਰੀ ਆ, ਮੈਂ ਉਹ ਚੀਜ਼ਾਂ ਕੀਤੀਆਂ। ਤਾਂ ਮੈਂ, ਮਤਲਬ ਮੇਰਾ ਬੈਸਟ ਗਿਆ ਐਗਜ਼ਾਮ, ਮਤਲਬ ਮੈਂ ਬਹੁਤ ਵਧੀਆ ਹੋ ਗਿਆ ਸੋ ਮੇਰਾ ਸਭ ਅਸੀਂ ਇਹ ਕੁਛ। ਜਿਹੜੇ ਜਿਹੜੇ ਬੱਚਿਆਂ ਦੇ ਵਿੱਚ ਮਿਥ ਬਣ ਗਿਆ ਹੋਇਆ ਆ, ਜਿਹੜੇ ਰਿਊਮਰਸ ਫੈਲਾਉਂਦੇ ਨੇ ਬੱਚੇ ਕਿ ਨਹੀਂ 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 ਯੂ ਵਰਲਡ ਬਾਏ ਕਰੋ, ਆਰਕਰ ਬਾਏ ਕਰੋ, ਦਿਸ ਐਂਡ ਦੈਟ ਐਪ ਬਾਏ ਕਰੋ, ਸੋ ਇਫ ਯੂਰ ਟੀਚਰ ਇਜ਼ ਵੈਲ ਇਕਵਿਪਡ ਵਿਦ ਨੌਲੇਜ, ਆਈ ਬਿਲੀਵ, ਤੇ ਤੁਹਾਨੂੰ ਰਿਸੋਰਸਿਸ ਬਾਏ ਕਰਨ ਦੀ ਨਹੀਂ ਲੋੜ, ਬਿਕੋਜ਼ ਯੂਰ ਟੀਚਰ ਇਜ਼ ਅ ਰਿਸੋਰਸ।
ਅਗਰ ਤੁਹਾਡਾ ਟੀਚਰ ਤੁਹਾਨੂੰ ਇਨਫ ਨੋਲੇਜ ਨਹੀਂ ਪ੍ਰੋਵਾਈਡ ਕਰ ਸਕਦਾ, ਜੇ ਤੁਸੀਂ ਰਿਸੋਰਸਿਸ ਹੀ ਬਾਏ ਕਰਨੇ ਨੇ, ਤੁਸੀਂ ਐਨ ਮਾਰਕਸ ਦੇ ਨੋਟ ਪੜੋ, ਦਿਸ ਐਂਡ ਦੈਟ ਪੜੋ, ਦੈਨ ਵਟ ਇਜ਼ ਦ ਫਨ, ਹੈ ਨਾ? ਤੁਹਾਨੂੰ ਨਹੀਂ ਲੱਗਦਾ ਕਿ ਜੇ ਉਹ ਫਿਰ ਤੁਹਾਡਾ ਟੀਚਰ ਇੱਕ ਗੁੱਡ ਟੀਚਰ ਆ, ਉਹ ਇੱਕ ਖੁਦ ਨੋਲੇਜ ਆ, ਉਹ ਤੁਹਾਨੂੰ ਦੂਸਰੇ ਪਾਸੇ ਡਿਸਟਰੈਕਟ ਕਰ ਰਿਹਾ ਆ, ਐਪਸ ਬਾਏ ਕਰਨ ਨੂੰ ਦੱਸ ਰਿਹਾ ਆ, ਤੁਹਾਨੂੰ ਖੁਦ ਇਨਫ ਨੋਲੇਜ ਜਾਂ ਇਨਫ ਜਿਹੜਾ ਕੰਟੈਂਟ ਜਾਂ ਮਟੀਰੀਅਲ ਨਹੀਂ ਪ੍ਰੋਵਾਈਡ ਕਰ ਰਿਹਾ। ਸੋ ਤੁਹਾਨੂੰ ਕੀ ਲੱਗਦਾ, ਮੈਂ ਤੁਹਾਨੂੰ ਨੋਟਸ ਤੇ ਜ਼ਿਆਦਾ ਫੋਕਸ ਕੀਤਾ ਕਿ ਲੈਕਚਰ ਤੇ ਜ਼ਿਆਦਾ ਫੋਕਸ ਕੀਤਾ? ਮੈਂ ਅਬ ਜਿੱਦਾਂ ਜਿੱਦਾਂ ਤੁਸੀਂ ਲੈਕਚਰ ਲਾਉਂਦੇ ਸੀਗੇ, ਜੋ ਚੀਜ਼ਾਂ ਮੈਨੂੰ ਲੱਗਦਾ ਸੀ ਕਿ ਮੈਨੂੰ ਨੋਟ ਕਰਨੀਆਂ ਚਾਹੀਦੀਆਂ, ਉਹ ਚੀਜ਼ਾਂ ਮੈਂ ਤੁਹਾਡੇ ਲੈਕਚਰਸ ਤੋਂ ਹੀ ਨੋਟਸ ਬਣਾਏ ਆ, ਜਿਹੜੇ ਮੈਂ ਬਣਾਏ ਆ, ਕੋਈ ਹਾਂਜੀ, ਮੈਂ ਐਕਸਟਰਾ ਕੋਈ ਚੀਜ਼ ਫੋਲੋ ਕਰਕੇ ਕੋਈ ਨੋਟਸ ਨਹੀਂ ਬਣਾਇਆ, ਮਤਲਬ ਕਿਉਂਕਿ ਲੈਕਚਰ ਲਾਓ ਜ਼ਿਆਦਾਤਰ ਪੜ੍ਹੋ। ਟ੍ਰੈਂਡ ਆ ਬੱਚਿਆਂ ਨੂੰ ਮਿਸਗਾਈਡ ਕਰਦਾ, ਜੀ ਤੁਹਾਨੂੰ ਨੋਟਸ ਦਵਾਂਗੇ, ਕੰਟੈਂਟ ਦਵਾਂਗੇ। ਸੋ ਕੰਟੈਂਟ ਬੱਚਿਆਂ ਨੇ ਕੀ ਕਰਨਾ, ਹੈ ਨਾ? ਜੇ ਤੁਹਾਡਾ ਟੀਚਰ ਤੁਹਾਨੂੰ ਨੋਲੇਜ ਦੇ ਰਿਹਾ ਆ, ਤੁਹਾਨੂੰ ਅੱਛੇ, ਤੁਸੀਂ ਲਿਸਨਰ ਹੋ, ਇਫ ਯੂ ਆਰ ਅ ਗੁੱਡ ਲਿਸਨਰ, ਤਾਂ ਤੁਹਾਡਾ ਟੀਚਰ ਆਈ ਥਿੰਕ ਇਜ਼ ਅ ਬੈਸਟ ਰਿਸੋਰਸ ਟੂ ਬਿਲਕੁਲ ਪ੍ਰੋਵਾਈਡ ਯੂ ਈਚ ਐਂਡ ਐਵਰੀਥਿੰਗ, ਹੈ ਨਾ? ਤਾਂ ਤੁਸੀਂ ਇਹ ਬਿਲੀਵ ਕੀਤਾ, ਤੇ ਹਾਂਜੀ ਸਪੋਰਟ ਕਿੱਦਾਂ ਦੀ ਬਿਲਕੁਲ। ਰਹੀ ਆ ਤੁਹਾਨੂੰ ਥਰੂ ਆਊਟ ਦਾ ਪ੍ਰੋਸੈਸ? ਮੈਨੂੰ ਆਪਣੀ ਫੈਮਿਲੀ ਵੱਲੋਂ ਵੀ ਪੂਰੀ ਸਪੋਰਟ ਸੀ ਤੇ ਮੈਨੂੰ ਆਪਣੇ ਟੀਚਰ ਵੱਲੋਂ ਵੀ ਪੂਰੀ ਸਪੋਰਟ ਸੀ। ਤੋ ਜਦੋਂ ਵੀ ਤੁਹਾਨੂੰ ਕਦੀ ਲੱਗਾ, ਤੁਸੀਂ ਮੈਨੂੰ ਮੈਸੇਜ ਕੀਤਾ ਆ, ਚਾਹੇ 24/7, ਲਾਈਕ ਮੈਂ ਜੇ ਰਾਤ ਕਹਿੰਦੇ ਆ 12 ਵਜੇ ਵੀ ਮੈਮ ਨੂੰ ਮੈਸੇਜ ਕੀਤਾ ਤਾਂ ਮੈਮ ਨੇ ਮੈਨੂੰ ਉਸ ਟਾਈਮ ਵੀ ਰਿਪਲਾਈ ਕੀਤਾ, ਮਤਲਬ ਇਦਾਂ ਨਹੀਂ ਗਾ ਕਿ ਮੈਸੇਜ ਦਾ ਕੋਈ ਰਿਪਲਾਈ ਨਹੀਂ ਜਾਂ ਕਾਲ ਨਹੀਂ ਪਿਕ ਕੀਤੀ, ਰਾਈਟ ਵੇ ਮੈਨੂੰ ਰਿਪਲਾਈ ਕਰਦੇ ਰਹੇ। ਸੋ ਮੈਨੂੰ ਲੱਗਦਾ ਆ ਕਿ ਜੇ ਬੱਚੇ ਐਨਕਲੈਕਸ ਐਗਜ਼ਾਮ ਪਾਸ ਕਰ ਰਹੇ ਨੇ, ਤਾਂ ਕਿਉਂਕਿ ਇਟਸ ਅ ਸਟ੍ਰੈਸਫੁਲ ਪ੍ਰੋਸੈਸ, ਕਿਉਂਕਿ ਬੱਚੇ ਸਟ੍ਰੈਸਫੁਲ ਹੁੰਦੇ ਨੇ, ਐਂਡ ਡੈਫੀਨੇਟਲੀ ਇਟਸ ਅ ਸਟ੍ਰੈਸਫੁਲ ਟਾਈਮ ਜਦੋਂ ਬੱਚਿਆਂ ਨੇ ਪ੍ਰਿਪੇਅਰ ਕਰਨਾ ਹੁੰਦਾ, ਤੇ ਉਸ ਟਾਈਮ ਤੇ ਉਹਨਾਂ ਨੂੰ ਦੋ ਸਪੋਰਟ ਜਿਹੜੀ ਬਹੁਤ ਜ਼ਿਆਦਾ ਚਾਹੀਦੀਆਂ ਨੇ, ਇੱਕ ਫੈਮਿਲੀ ਦੀ ਤੇ ਇੱਕ ਟੀਚਰ ਦੀ। ਸੋ ਜੇ ਤੁਹਾਨੂੰ ਇੱਕ ਵੀ ਸਪੋਰਟ, ਐਟਲੀਸਟ ਅਗਰ ਇੱਕ ਘੱਟ ਆ ਤੇ ਇੱਕ ਪੂਰੀ ਸਪੋਰਟ ਮਿਲ ਰਹੀ ਆ, ਤੇ ਬੱਚੇ ਜਿਹੜੇ ਆ ਪੂਰੇ ਕੰਫੀਡੈਂਟ ਰਹਿੰਦੇ ਨੇ, ਉਹਨਾਂ ਨੂੰ ਸਪੋਰਟਡ ਫੀਲ ਕਰਦੇ ਨੇ, ਤੇ ਉਹਨਾਂ ਨੂੰ ਸਟੱਡੀ ਦੇ ਵਿੱਚ ਜਿਹੜੀ ਆ ਕਾਫੀ ਹੈਲਪ ਮਿਲਦੀ ਆ, ਤਾਂ ਮੈਨੂੰ ਲੱਗਦਾ ਕਿ ਉਸ ਜਿਹੜੀ ਸਪੋਰਟ ਇੱਕ ਟੀਚਰ ਵੱਲੋਂ ਹੁੰਦੀ ਆ, ਉਹ ਮੇਰੀ ਸਾਰੇ ਸਟੂਡੈਂਟਸ ਨੂੰ ਹੁੰਦੀ ਆ। ਇਹ ਨਹੀਂ ਹੈਗਾ ਕਿ ਮੇਰੇ ਕੋਲੇ ਅਗਰ ਸਟਰੈਂਥ ਜ਼ਿਆਦਾ ਹੈਗੀ ਆ ਤੇ ਮੈਂ ਬੱਚਿਆਂ ਨੂੰ ਫੋਕਸ ਨਹੀਂ ਕਰ ਰਹੀ, ਮੇਰੇ ਕੋਲੇ ਵਟ ਐਵਰ ਐਕਸ ਵਾਈ ਜ਼ੈਡ ਸਟਰੈਂਥ ਹੋਵੇਗੀ, ਬਟ ਆਈ ਆਲਵੇਜ਼ ਕੀਪ ਐਨ ਆਈ ਕਿ ਮੇਰੇ ਬੱਚੇ ਕਿੱਥੇ ਸਟਰਗਲ ਕਰ ਰਹੇ ਨੇ। ਕੋਈ ਗਰੁੱਪ 'ਚ ਡਿਸਕਸ਼ਨ ਕਮਿਊਨੀਕੇਸ਼ਨ ਹੁੰਦੀ ਆ, ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਇਨਪੁਟ ਦਿੰਦੀ ਹੈਗੀ ਆ। ਇਹ ਨਹੀਂ ਹੈਗਾ ਕਿ ਗਰੁੱਪ ਇੱਕ ਫਾਰਮੈਲਿਟੀ, ਕਈ ਤਾਂ ਜਗ੍ਹਾ ਤੁਹਾਨੂੰ ਗਰੁੱਪ ਹੀ ਨਹੀਂ ਮਿਲਦੇ। ਸੋ ਗਰੁੱਪ ਵੀ ਇੱਕ ਆਈ ਥਿੰਕ ਬਹੁਤ ਵੱਡੀ ਸਪੋਰਟ ਆ ਬੱਚਿਆਂ ਲਈ, ਆਪਸ 'ਚ ਇੱਕ ਦੂਜੇ ਨਾਲ ਡਿਸਕਸ਼ਨ ਲਈ, ਰਾਈਟ? ਹਾਂਜੀ ਐਂਡ ਹਾਂ ਫਾਈਨੈਂਸ਼ਲੀ ਮੇਰੇ ਬੱਚਿਆਂ ਨੂੰ ਬਹੁਤ ਸਪੋਰਟ ਮਿਲਦੀ ਆ, ਮੈਂ ਕਦੀ ਬੱਚਿਆਂ ਨੂੰ ਪੁਸ਼ ਨਹੀਂ ਕੀਤਾ ਫੀਸ ਲਈ। ਨੋ ਡਾਊਟ ਸਾਡੀਆਂ ਫੀ ਜਿਹੜੀ ਹੈਗੀ ਇੰਸਟਾਲਮੈਂਟਸ ਦੇ ਵਿੱਚ ਹੁੰਦੀ ਆ, ਐਂਡ ਮੰਥਲੀ ਹੈਗੀ ਆ, ਕੋਈ ਬਾਈ ਵੀਕਲੀ ਵੀ ਨਹੀਂ ਹੈਗੀ। ਹਰ ਬੱਚੇ ਦੀ ਨੀਡ ਨੂੰ ਧਿਆਨ 'ਚ ਰੱਖਿਆ ਜਾਂਦਾ ਆ, ਕੋਈ ਅਦਰਵਾਈਜ਼ ਵੀ ਸਟਰਗਲ ਕਰ ਰਿਹਾ ਕਿਸੇ ਵੀ ਰੀਜ਼ਨ ਐਕਸ ਵਾਈ ਜ਼ੈਡ ਕਰਕੇ, ਉਹ ਵੀ ਸਪੋਰਟ ਜਿਹੜੀ ਅਸੀਂ ਪੂਰੀ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ, ਕਿਉਂਕਿ ਮੈਂ ਬਿਲੀਵ ਕਰਦੀ ਹਾਂ ਕਿ ਜੇ ਤੁਹਾਡਾ ਬੱਚਾ ਤੁਹਾਡੇ ਕੋਲ ਟਰਸਟ ਕਰਕੇ ਆਇਆ ਆ, ਯੂ ਸ਼ੁੱਡ ਬੀ ਰਿਸਪੋਨਸਿਬਲ। ਇੱਕ ਪੇਰੈਂਟ, ਇੱਕ ਟੀਚਰ, ਇੱਕ ਵੱਡੇ ਗਾਈਡ, ਇੱਕ ਸਿਸਟਰ ਵਾਂਗੂ ਤੁਸੀਂ ਉਹਨਾਂ ਨੂੰ ਗਾਈਡ ਕਰੋ, ਸਪੋਰਟ ਕਰੋ, ਬਿਲਕੁਲ ਤਾਂ ਉਹਨਾਂ ਨੂੰ ਹੋਰ ਕਿਤੇ ਵਾਂਡਰ ਕਰਨ ਦੀ ਲੋੜ ਨਾ ਪਵੇ, ਹੋਰ ਇਧਰੋਂ ਉਧਰੋਂ ਸਪੋਰਟ ਲੱਭਣ ਦੀ ਲੋੜ ਨਾ ਪਵੇ, ਇਫ ਯੋਰ ਟੀਚਰ ਇਜ਼ ਹੈਲਪਿੰਗ ਯੂ ਦੈਟ ਲਾਈਕ ਇਨ ਦੈਟ ਐਕਸਟੈਂਟ ਔਰ ਇੰਨੀ ਜ਼ਿਆਦਾ। ਸੋ ਹੋਰ ਕੁਝ ਵੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋਵੋ ਡਿਊਰਿੰਗ ਦਿਸ ਟਾਈਮ ਪੀਰੀਅਡ? ਮੈਮ ਬਸ ਮੈਂ ਤਾਂ ਇਹੀ ਕਹੂੰਗੀ ਕਿ ਮੇਰੀ ਲਾਈਫ ਦਾ ਬਹੁਤ ਗੁੱਡ ਡਿਸੀਜਨ ਸੀ ਕਿ ਮੈਂ ਤੁਹਾਡੇ ਨਾਲ ਸਾਰਾ ਆਪਣਾ ਪ੍ਰੋਸੈਸ ਕੀਤਾ, ਆਪਣੀ ਸਟੱਡੀ ਕੀਤੀ, ਮਤਲਬ ਮੈਂ ਤੁਹਾਡੇ ਤੇ ਟਰਸਟ ਕਰਕੇ, ਤੁਸੀਂ ਜੋ ਵੀ ਮੇਰਾ ਟਰਸਟ ਹੈ ਨਾ, ਮੇਰਾ ਮਤਲਬ ਸਭ ਕੁਝ ਪੂਰਾ ਸਕਸੈਸਫੁਲੀ ਮਤਲਬ ਮੇਰੀ ਜਰਨੀ ਗਈ ਆ। ਥੈਂਕ ਯੂ ਸੋ ਮੱਚ। ਸੋ ਥੈਂਕ ਯੂ, ਦੈਟਸ ਟਰੂ, ਕਿਉਂਕਿ ਬੱਚੇ ਆਪਣਾ ਇਕੱਲੀ ਮਨੀ ਹੀ ਇਨਵੈਸਟ ਨਹੀਂ ਕਰਦੇ, ਟੀਚਰ ਦੇ ਨਾਲ ਆਪਣਾ ਟਾਈਮ ਵੀ ਇਨਵੈਸਟ ਕਰਦੇ ਆ, ਆਪਣੇ ਇਮੋਸ਼ਨਸ ਵੀ ਇਨਵੈਸਟ ਕਰਦੇ ਆ। ਸੋ ਜੇ ਅਸੀਂ ਇਹਨੂੰ ਜਸਟ ਇੱਕ ਮੇਅਰਲੀ ਇੱਕ ਬਿਜ਼ਨਸ ਬਣਾ ਦਾਂਗੇ, ਤੇ ਅਸੀਂ ਬੱਚਿਆਂ ਨਾਲ ਬਹੁਤ ਚੀਟ ਕਰ ਰਹੇ ਹਾਂ। ਸੋ ਕੋਈ ਵੀ ਜਿਹੜਾ ਟੀਚਰ ਆ, ਐਨੀਵਨ ਆਊਟ ਦੇਅਰ ਹੂ ਇਜ਼ ਟੀਚਿੰਗ, ਆਈ ਹਾਈਲੀ ਰਿਕੁਐਸਟ ਕਿ ਬੱਚਿਆਂ ਦੇ ਇਮੋਸ਼ਨਸ, ਬੱਚਿਆਂ ਦੇ ਮਨੀ, ਟਾਈਮ ਸਭ ਦੀ ਰਿਸਪੈਕਟ ਰੱਖੋ, ਤੇ ਆਈ ਥਿੰਕ ਦੈਟਸ ਆਲ ਯੋਰ ਸਟੂਡੈਂਟਸ ਵਾਂਟਸ। ਐਂਡ ਬਾਕੀ ਮੇਰੀ ਬੱਚਿਆਂ ਨੂੰ ਵੀ ਰਿਕੁਐਸਟ ਹੈ ਕਿ ਜਿਹੜੇ ਵੀ ਬੱਚੇ ਐਨਕਲੈਕਸ ਕਲਾਸਿਸ ਲੈਣਾ ਚਾਹੁੰਦੇ ਨੇ, ਜ਼ਰੂਰੀ ਨਹੀਂ ਹੈ ਸਭ ਨੂੰ ਚਾਹੀਦੀਆਂ ਨੇ, ਕਿਉਂਕਿ ਕਈ ਬੱਚੇ ਆਲਰੇਡੀ ਬਹੁਤ ਸਮਾਰਟ ਹੁੰਦੇ ਨੇ, ਐਂਡ ਇਫ ਯੂ ਆਰ ਲੁਕਿੰਗ ਫਾਰ ਅ ਗੁੱਡ ਟੀਚਰ ਔਰ ਅ ਮੈਂਟਰ, ਆਈ ਥਿੰਕ ਆਈ ਐਮ ਦਾ ਵਨ, ਕਿਉਂਕਿ ਮੇਰੇ ਕੋਲੇ ਥਰੈਟੀਕਲ ਪ੍ਰੈਕਟੀਕਲ ਸਾਰੀਆਂ ਤਰ੍ਹਾਂ ਦੀਆਂ ਨੌਲੇਜਸ ਐਂਡ ਐਕਸਪੀਰੀਅੰਸ ਆ, ਈਵਨ ਕੈਨੇਡੀਅਨ ਐਕਸਪੀਰੀਅੰਸ, ਕੈਨੇਡੀਅਨ ਸਟੂਡੈਂਟ ਰਹੀ ਹਾਂ ਮੈਂ, ਐਂਡ ਉਹ ਸਾਰਾ ਬਲੈਂਡ ਮੈਂ ਤੁਹਾਨੂੰ ਡਿਊਰਿੰਗ ਦੋਸ 4 ਮੰਥਸ ਆਈ ਪ੍ਰਿਪੇਅਰ, ਤਾਂ ਕਿ ਤੁਸੀਂ ਅੱਛੀ ਤਰ੍ਹਾਂ ਇੱਕ ਕੌਨਫੀਡੈਂਟ ਸਟੂਡੈਂਟ ਹੋ ਕੇ ਨਿਕਲੋ, ਨਾਟ ਮੇਅਰਲੀ ਕਿ ਇੱਕ ਐਨਕਲੈਕਸ ਪਾਸ ਕੀਤਾ ਆ। ਸੋ ਮੈਂ ਬਹੁਤ ਸਾਰੀ ਨੌਲੇਜ, ਬਹੁਤ ਸਾਰੀ ਵਿਜੂਅਲ ਐਕਸਪੀਰੀਅੰਸਿਸ ਬੱਚਿਆਂ ਨਾਲ ਸ਼ੇਅਰ ਕਰਦੀ ਹਾਂ, ਜਿਹਦੇ ਨਾਲ ਬੱਚੇ ਲਰਨ ਕਰਦੇ ਨੇ ਆਲਸੋ ਦਾ ਪ੍ਰੈਕਟੀਕਲ ਨੌਲੇਜ, ਨਾਟ ਓਨਲੀ ਦਾ ਥਰੈਟੀਕਲ ਕਿ ਐਨਕਲੈਕਸ ਪਾਸ, ਸੋ ਐਨਕਲੈਕਸ ਪਾਸ ਹੋ ਗਏ ਆ। ਸੋ ਆਈ ਹੋਪ ਤੁਸੀਂ ਬਹੁਤ ਸਾਰਾ ਲਰਨ ਕੀਤਾ ਅਮਨ ਖਿੰਡਾ ਡਿਊਰਿੰਗ ਹਾਂਜੀ ਦਿਸ ਮੈਮ, ਟਾਈਮ। ਬਹੁਤ ਜ਼ਿਆਦਾ ਤੁਸੀਂ ਸਾਨੂੰ ਜੋ ਵੀ ਆਪਾਂ ਲੈਸਨ ਕਰਦੇ ਸੀ ਜਾਂ ਟੌਪਿਕਸ ਕਰਦੇ ਸੀ, ਤੁਸੀਂ ਸਾਨੂੰ ਉਹਦੇ ਨਾਲ ਇਹ ਚੀਜ਼ਾਂ ਵੀ ਦੱਸਦੇ ਸੀ ਕਿ
ਸਾਨੂੰ ਬਹੁਤ ਚੀਜ਼ਾਂ ਲਈ ਤੁਸੀਂ ਪ੍ਰਪੇਅਰ ਕੀਤਾ ਨਾਲ ਦੀ ਨਾਲ, ਕੱਲਾ ਇਹ ਨਹੀਂ ਕਿ ਆਪਾਂ ਪੜ੍ਹ ਕੇ ਛੱਡ ਦਿੱਤਾ ਬਸ ਜਾਂ ਕੁਛ ਨਹੀਂ ਸਿਰਫ ਹੈ। ਇੱਕ ਪੰਜਾਬੀ ਚ ਕਹਿ ਦਿੰਦੇ ਕਿਤਾਬੀ ਕੀੜਾ, ਜਸਟ ਬੁੱਕ ਹਾਂਜੀ ਬਣਾਉਂਦਾ, ਜਸਟ ਕਿ ਹਾਂ ਇਨਕਲੈਕਸ ਪੜ੍ਹਨਾ, ਰੱਟੇ ਮਾਰਨੇ ਆ, ਨੋਟ ਲਾਈਕ ਦੈਟ। ਆਈ ਆਲਸੋ ਪ੍ਰਿਪੇਅਰ ਮਾਈ ਸਟੂਡੈਂਟਸ ਹਾਊ ਦੇ ਹੈਵ ਟੂ ਵਰਕ, ਹਾਊ ਦੇ ਹੈਵ ਟੂ ਐਕਟ ਇਨ ਦ ਕਲੀਨਿਕਲ ਏਰੀਆ। ਔਰ ਮੈਂ ਉਹ ਉਹੀ ਟੀਚਰ ਦੱਸ ਸਕਦਾ ਜਿਹਨੇ ਖੁਦ ਕਲੀਨਿਕਲਸ ਕੀਤੇ ਨੇ, ਖੁਦ ਜਿਹਨੇ ਐਜ਼ ਅ ਨਰਸ ਕੰਮ ਕੀਤਾ ਆ। ਜਿਹੜੇ ਪਰਸਨ ਕਦੀ ਕਲੀਨਿਕਲ ਨਹੀਂ ਗਏ, ਦੇ ਕੈਨ ਨਾਟ ਐਕਸਪੋਜ਼ ਯੂ ਟੂ ਦੋਜ਼ ਐਕਸਪੀਰੀਐਂਸਿਸ, ਐਂਡ ਇਫ ਯੂ ਆਰ ਲੁਕਿੰਗ ਫਾਰ ਅ ਸੱਚ ਟੀਚਰ। ਐਂਡ ਬਾਕੀ ਦੂਜੇ ਕਈ ਬੱਚੇ ਟਾਈਮ ਫਰੇਮ ਤੋਂ ਬਹੁਤ ਡਰਦੇ ਨੇ, 4 ਮੰਥਸ, ਐਂਡ ਆਈ ਥਿੰਕ 4 ਮੰਥਸ ਆਰ ਅ ਗੁੱਡ ਟਾਈਮ ਫਰੇਮ ਜਿੱਥੇ ਤੁਹਾਨੂੰ ਆਪ ਆਪਣੇ ਐਫਰਟਸ ਬਾਅਦ ਚ ਘੱਟ ਲਾਉਣੇ ਪੈਂਦੇ ਨੇ। ਇਹ ਨਹੀਂ ਹੈਗਾ ਬਿਲਕੁਲ 2 2.5 ਮਹੀਨੇ ਦੀ ਕਲਾਸਿਸ ਨੇ ਤੇ ਬਾਅਦ ਚ ਤੁਸੀਂ 2 2 4 4 ਮਹੀਨੇ ਬੈਠੇ ਖੁਦ ਹੀ ਪੜ੍ਹੀ ਜਾ ਰਹੇ ਹੋ ਕਿਉਂਕਿ ਤੁਹਾਡੇ ਟੌਪਿਕਸ ਨਹੀਂ ਕਵਰ ਹੋਏ। ਸਾਡੀਆਂ ਸੋ ਰਿਵਿਊ ਕਲਾਸਿਸ ਜਿਹੜੀਆਂ ਉਹ ਸਾਨੂੰ ਬਹੁਤ ਹੈਲਪ ਕਰਦੀਆਂ ਜਦੋਂ ਆਪਾਂ ਨਾਲ ਦੀ ਨਾਲ ਕਰਦੇ ਆ, ਆਪਣਾ ਸਾਰਾ ਸਿਲੇਬਸ ਨਾਲ ਦੀ ਨਾਲ ਕਵਰ ਹੋ ਜਾਂਦਾ, ਉਹ ਰਿਵਿਊ ਕਲਾਸਿਸ ਬਹੁਤ ਹੈਲਪ ਕਰਦੀਆਂ। ਥੈਂਕ ਯੂ ਅਮਨ, ਸੋ ਥੈਂਕ ਯੂ ਫਾਰ ਯੋਰ ਇਨਪੁਟ। ਬਾਕੀ ਇਹ ਲਈ ਵੀ ਇਹੀ ਹੈਗਾ ਆ, ਸੋ ਡੋਨਟ ਲੁੱਕ ਫਾਰ ਸ਼ਾਰਟ ਟਾਈਮ ਪੀਰੀਅਡ ਤੇ ਫੀ ਘੱਟ ਆ ਜਾਂ ਵੱਧ ਆ, ਕਿਉਂਕਿ ਇਟ ਇਜ਼ ਯੋਰ ਲਰਨਿੰਗ ਐਂਡ ਲਾਈਫ ਲੌਂਗ ਲਰਨਿੰਗ ਆ, ਜਿਹਨੂੰ ਤੁਸੀਂ ਹਮੇਸ਼ਾ ਜ਼ਿੰਦਗੀ 'ਚ ਆਪਣੇ ਨਾਲ ਰੱਖਣਾ, ਕਿਉਂਕਿ ਇਹ ਤੋਂ ਬਾਅਦ ਤਾਂ ਹੁਣ ਤੁਸੀਂ ਹੋਰ ਕਿਤੇ ਨਹੀਂ ਜਾਣਾ ਹੈਗਾ, ਕਿਉਂਕਿ ਇਹ ਤੁਹਾਡਾ ਡ੍ਰੀਮ ਗੋਲ ਹੁੰਦਾ ਕਿ ਐਨਕਲੈਕਸ ਆ ਰਹੇ ਨੇ, ਇਸ ਤੋਂ ਬਾਅਦ ਤਾਂ ਕੋਈ ਆਪਣਾ ਐਗਜ਼ਾਮ ਨਹੀਂ ਹੈਗਾ ਜਿਹੜਾ ਤੁਸੀਂ ਫਰਦਰ ਡਾਊਨ ਕਰੈਕ ਕਰਨਾ, ਤੇ ਇਹਦੇ 'ਚ ਇਨਵੈਸਟ ਕਰਨਾ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਥੈਂਕ ਯੂ ਅਮਨ, ਥੈਂਕ ਯੂ ਫਾਰ ਸ਼ੇਅਰਿੰਗ ਯੋਰ ਥੈਂਕ ਯੂ ਆਲ ਸੋ ਦੋਜ਼ ਮਚ ਮੈਮ। ਵੰਡਰਫੁਲ ਐਕਸਪੀਰੀਐਂਸਿਸ ਐਂਡ ਮੇਕਿੰਗ ਮੀ ਪ੍ਰਾਊਡ, ਐਂਡ ਆਪਣੇ ਆਪ 'ਚ ਵੀ ਪ੍ਰਾਊਡ ਫੀਲ ਕਰ ਰਹੇ ਹੋ, ਆਪਣੀ ਫੈਮਿਲੀ ਨੂੰ ਵੀ ਪ੍ਰਾਊਡ ਫੀਲ ਕਰਾਇਆ ਹੈ, ਐਂਡ ਦਿਸ ਇਜ਼ ਰੀਲੀ ਅ ਪ੍ਰਾਊਡ ਫੀਲਿੰਗ, ਕਿਉਂਕਿ ਇਹੀ ਸਭ ਤੋਂ ਇੱਕ ਟਫੈਸਟ ਐਗਜ਼ਾਮ ਮੰਨਿਆ ਜਾਂਦਾ ਹੈ, ਐਂਡ ਜਦੋਂ ਤੁਸੀਂ ਫਸਟ ਅਟੈਮ ਦੇ ਵਿੱਚ ਐਂਡ ਵਿਦ ਮਿਨੀਮਮ ਕੁਐਸਚਨ ਪਾਸ ਕਰਦੇ ਹੋ, ਉਹ ਤੋਂ ਜ਼ਿਆਦਾ ਐਕਸਾਈਟਮੈਂਟ ਤਾਂ ਨਹੀਂ ਹੋ ਸਕਦੀ। ਬਿਲਕੁਲ ਸੋ ਗੋਡ ਬਲੈਸ ਯੂ, ਤੇ ਤੁਸੀਂ ਅੱਛੇ ਨਰਸ ਨਿਕਲੋ ਬਣੋ। ਦੈਟਸ ਮਾਈ ਦੋਜ਼ ਆਰ ਮਾਈ ਬਲੈਸਿੰਗਸ ਫਾਰ ਯੂ, ਐਂਡ ਹੈਵ ਅ ਗੁੱਡ ਟਾਈਮ। ਥੈਂਕ ਯੂ ਫਾਰ ਵਾਚਿੰਗ ਅਵਰ ਵੀਡੀਓ, ਐਂਡ ਜੇ ਤੁਸੀਂ ਵੀ ਲੱਭ ਰਹੇ ਹੋ ਅੱਛਾ ਟਿਊਟਰ, ਸੋ ਕਾਈਂਡਲੀ ਕੰਟੈਕਟ ਅਸ। ਥੈਂਕ ਯੂ ਅਮਨ। ਥੈਂਕ ਯੂ ਸੋ ਮਚ।